ਦਾਈ ਗੱਲ ਇਹ ਸੀ ਕਿ ਦੇਸ਼ ਦੀ ਰਾਜਧਾਨੀ ਪੁਲਿਸ ਫੌਜ ਦੀ ਨੱਕ ਦੇ ਥੱਲੇ ਕੀਤਾ ਗਿਆ, ਇਸ ਲਈ ਅਗਰ ਰਾਹੁਲ ਜੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਦੈਟ ਇਜ਼ ਨੋਟ ਫੇਅਰ। ਇੱਕ ਮੰਤਰੀ ਹੋ ਕੇ ਮਿਨਿਸਟਰ ਹੋ ਕੇ ਉਹਨਾਂ ਨੂੰ ਗਲਤ ਨਹੀਂ ਪੜ੍ਹਨਾ ਚਾਹੀਦਾ, ਇਹਦੇ ਨਾਲੋਂ ਚੰਗਾ ਤੁਸੀਂ ਨਾ ਬੋਲੋ। ਤੀਸਰੇ ਬਦਲ ਵਜੋਂ ਆਮ ਆਦਮੀ ਪਾਰਟੀ ਹੁਣ ਉੱਭਰ ਰਹੀ ਹੈ, ਇਸ ਲਈ ਪਾਰਟੀ ਨੂੰ ਛੱਡ ਕੇ ਕਿਤੇ ਜਾਣ ਦਾ ਸਵਾਲ ਨਹੀਂ ਗਾ। ਹਾਂ, ਅਗਰ ਉਹ ਸਾਡੇ ਖਿਲਾਫ਼ ਕੋਈ ਐਕਸ਼ਨ ਕਰਦੇ ਨੇ ਉਹ ਉਹਨਾਂ ਦੀ ਮਰਜ਼ੀ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਧੜੇ ਵੱਲੋਂ ਗੁਰਦਾਸਪੁਰ ਅੰਦਰ ਇੱਕ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਇਸ ਦੌਰਾਨ ਖਹਿਰਾ ਦੇ ਨਾਲ ਉਹਨਾਂ ਦੇ ਸਾਥੀ ਵਿਧਾਇਕਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਪਾਰਟੀ ਦੇ ਸੀਨੀਅਰ ਆਗੂ ਅਤੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਖਹਿਰਾ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਤੰਜ ਕੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ 1984 ਦੇ ਦੰਗਿਆਂ ਬਾਰੇ ਬਿਆਨ ਦੇਣਾ ਕਿ ਇਸ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ, ਇਹ ਤਾਂ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਦੋਸ਼ੀ ਕੌਣ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ 34 ਸਾਲ ਬਾਅਦ ਵੀ 1984 ਦੇ ਸਿੱਖ ਕਤਲੇਆਮ ਦਾ ਸਿੱਖਾਂ ਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ। ਤੇ ਨਾਲ ਹੀ ਉਹਨਾਂ ਰਾਹੁਲ ਗਾਂਧੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਵਿਦੇਸ਼ ਜਾ ਕੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੀ। ਦੇਖੋ, ਅੱਜ ਸਾਡੀ ਇਹ ਤੀਸਰਾ ਜ਼ਿਲ੍ਹਾ ਪੱਧਰੀ ਕਾਨਫਰੰਸ ਹੈ ਜੀ ਗੁਰਦਾਸਪੁਰ ਵਿਖੇ, ਜੋ ਅਸੀਂ ਬਠਿੰਡੇ 'ਚ ਮਤੇ ਪਾਸ ਕੀਤੇ ਸੀ ਲੋਕਾਂ ਦੇ ਸਹਿਯੋਗ ਦੇ ਨਾਲ, ਔਰ ਇੱਕ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਝੰਡਾ ਚੁੱਕਿਆ ਸੀ, ਪ੍ਰਣ ਕੀਤਾ ਸੀ, ਵਾਹਿਗੁਰੂ ਦੀ ਕਿਰਪਾ ਦੇ ਨਾਲ ਬਠਿੰਡੇ ਤੋਂ ਲੈ ਕੇ ਅੱਜ ਤੱਕ ਸਾਨੂੰ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ। ਕੋਈ ਇਹ ਤਾਂ ਐਵੇਂ ਇੱਕ ਮਜ਼ਾਕ ਕਰਨ ਵਾਲੀ ਗੱਲ ਆ, ਸਾਰੀ ਦੁਨੀਆ ਨੂੰ ਪਤਾ ਵਾ ਕਿ ਬਹੁਤ ਦੁਖਦਾਈ ਗੱਲ ਆ ਕਿ 34 ਸਾਲ ਬਾਅਦ ਵੀ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ। ਔਰ ਇਹ ਕੁਛ ਲੋਕ ਇਸ ਨੂੰ ਦੰਗੇ ਕਹਿ ਕੇ ਪੇਸ਼ ਕਰਦੇ ਨੇ, ਦੰਗੇ ਨਹੀਂ ਸੀਗੇ। ਦੰਗੇ ਹੁੰਦੇ ਜਦੋਂ ਦੋ ਫਿਰਕਿਆਂ ਦੇ ਵਿੱਚ ਆਪਸ ਲੜਾਈ ਹੋਵੇ। ਇਹ ਤਾਂ ਇੱਕ ਸਟੇਟ ਸਪੋਂਸਰਡ ਜੈਨੋਸਾਈਡ ਸੀ, ਔਰ ਨਿਹੱਤੇ ਲੋਕਾਂ ਨੂੰ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਔਰ ਦੁਖਦਾਈ ਗੱਲ ਇਹ ਸੀ ਕਿ ਦੇਸ਼ ਦੀ ਰਾਜਧਾਨੀ ਪੁਲਿਸ ਫੌਜ ਦੀ ਨੱਕ ਦੇ ਥੱਲੇ ਕੀਤਾ ਗਿਆ, ਇਸ ਲਈ ਅਗਰ ਰਾਹੁਲ ਜੀ ਇਸ ਤਰ੍ਹਾਂ ਦੀ ਗੱਲ ਕਹਿੰਦੇ ਦੈਟ ਇਜ਼ ਨੋਟ ਫੇਅਰ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਸਵੀਕਾਰ ਕਰਕੇ ਲੋਕਾਂ ਦੇ ਭਾਵਨਾਵਾਂ ਨੂੰ ਮਰਹਮ ਲਾ ਕੇ ਮਾਫ਼ੀ ਮੰਗਣੀ ਚਾਹੀਦੀ ਆ, ਔਰ ਇਹ ਜਿਹੜਾ ਜੁਡੀਸ਼ਲ ਪ੍ਰੋਸੈਸ ਆ ਇਹਨੂੰ ਬਹੁਤ ਤੇਜ਼ੀ ਨਾਲ ਲੋਕਾਂ ਨੂੰ ਇਨਸਾਫ ਦੇਣਾ, ਕਿਉਂਕਿ 34 ਸਾਲ ਬਾਅਦ ਇਨਸਾਫ ਨਾ ਮਿਲਣਾ, ਉਹ ਕਹਿੰਦੇ ਨੇ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਉੱਥੇ ਹੀ ਖਹਿਰਾ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਬਾਣੀ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਬੋਲਣ ਤੇ ਕਿਹਾ ਕਿ ਪਹਿਲਾਂ ਖੇਮਕਰਨ ਦੇ ਵਿਧਾਇਕ ਵੱਲੋਂ ਅਰਦਾਸ ਗਲਤ ਢੰਗ ਨਾਲ ਪੜ੍ਹਨਾ ਤੇ ਹੁਣ ਕੈਬਨਿਟ ਮੰਤਰੀ ਹੋ ਕੇ ਬਾਣੀ ਦੀ ਤੁਕ ਨੂੰ ਬਦਲਣਾ ਇਹ ਬਹੁਤ ਹੀ ਨਿੰਦਣਯੋਗ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਬਾਣੀ ਸਹੀ ਬੋਲਣੀ ਨਹੀਂ ਆਉਂਦੀ ਤਾਂ ਉਹ ਸਧਾਰਨ ਭਾਸ਼ਾ ਵਿੱਚ ਲੋਕਾਂ ਨੂੰ ਆਪਣੀ ਗੱਲ ਸਮਝਾ ਸਕਦੇ ਨੇ। ਗਲਤ ਗੱਲ ਹੈ ਜੀ, ਬਿਲਕੁਲ, ਚਾਹੇ ਉਹ ਉਦਣ ਅਰਦਾਸ ਗਲਤ ਪੜ੍ਹੀ ਗਈ ਆ, ਮਰਿਆਦਾ ਭੰਗ ਕੀਤੀ ਗਈ ਆ ਬਲਟੋਹੇ ਦੇ ਖੇਮਕਰਨ ਦੇ ਐਮ ਐਲ ਏ ਵੱਲੋਂ, ਜਾਂ ਗੁਰਬਾਣੀ ਦੀਆਂ ਗੱਲਾਂ ਇੱਕ ਮੰਤਰੀ ਹੋ ਕੇ ਮਿਨਿਸਟਰ ਹੋ ਕੇ ਉਹਨਾਂ ਨੂੰ ਗਲਤ ਨਹੀਂ ਪੜ੍ਹਨਾ ਚਾਹੀਦਾ। ਇਹਦੇ ਨਾਲੋਂ ਚੰਗਾ ਤੁਸੀਂ ਨਾ ਬੋਲੋ, ਤੁਸੀਂ ਸਾਦੀਆਂ ਗੱਲਾਂ ਸਾਦੀ ਜ਼ੁਬਾਨ ਵਿੱਚ ਲੋਕਾਂ ਦੀ ਗੱਲ ਸਮਝਾਓ, ਕਿਉਂਕਿ ਅੱਗੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲੋਕਾਂ ਦੇ ਕਾਫ਼ੀ ਜਜ਼ਬਾਤ ਭੜਕੇ ਹੋਏ ਨੇ, ਔਰ ਅਸੀਂ ਇਹ ਯਤਨ ਕਰੀਏ ਕਿ ਆਓ ਆਪਾਂ ਇਹ ਸਾਰੀ ਜਿਹੜੀ ਹੈ ਪੰਜਾਬ ਦੀ ਇੱਕ ਸਾਂਝੀ ਵਾਲਤਾ ਹੈ, ਪੀਸ ਅਤੇ ਹਾਰਮੋਨੀਅਮ ਨੂੰ ਮੇਨਟੇਨ ਕੀਤਾ ਜਾਵੇ। ਧਰਮ ਦੇ ਮੁਤਲਕ ਨਹੀਂ, ਇੰਟਰਫੇਰੈਂਸ ਜ਼ਿਆਦਾ ਨਹੀਂ ਕਰਨੀ ਚਾਹੀਦੀ। ਖਹਿਰਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ 600 ਸਫ਼ੇ ਦੀ ਰਿਪੋਰਟ ਤੇ ਸਿਰਫ ਇੱਕ ਦਿਨ ਦਾ ਸਮਾਂ ਬਹੁਤ ਘੱਟ ਹੈ, ਇਸ ਲਈ ਇਹਨਾਂ ਮੁੱਦਿਆਂ ਤੇ ਬਹਿਸ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮਿਲਣਾ ਚਾਹੀਦਾ ਹੈ। ਬੜਾ ਹੀ ਅਫਸੋਸ ਆ ਕਿ ਐਡੀ ਵੱਡੀ ਰਿਪੋਰਟ ਆਈ, ਸ਼ਾਇਦ 4 ਵੋਲਿਊਮਸ ਵਿੱਚ ਆ, 600 ਸਫ਼ੇ ਦੀ ਰਿਪੋਰਟ ਆ, ਔਰ ਮੈਂਬਰਸ ਨੂੰ ਕਹਿੰਦੇ ਨੇ ਕਿ ਅਸੀਂ ਸੋਮਵਾਰ ਟੇਬਲ ਕਰਾਂਗੇ, ਯਾਨੀ ਕਿ ਇੱਕ ਦਿਨ ਸਿਰਫ ਮਿਲੇਗਾ ਸਾਨੂੰ ਉਹਦੇ 'ਤੇ ਬਹਿਸ ਕਰਨ ਲਈ। ਸੋਮਵਾਰ ਅਤੇ ਮੰਗਲਵਾਰ 2 ਦਿਨ ਸੈਸ਼ਨ ਰਹਿ ਗਿਆ ਵਾ। ਹੁਣ ਤੁਸੀਂ ਦੱਸੋ ਮੈਨੂੰ 600 ਸਫ਼ੇ ਦੀ ਰਿਪੋਰਟ, ਕੋਈ MLAs ਜਿਹੜੇ ਨੇ, ਕੋਈ ਕੰਪਿਊਟਰਸ ਤਾਂ ਹੈ ਨਹੀਂ ਕਿ ਉਹਨਾਂ ਦੇ ਇੱਕ ਵਾਰੀ ਤੁਸੀਂ ਜ਼ਿਹਨ 'ਚੋਂ ਕੱਢਤਾ ਅਤੇ ਉਹ ਸਕੈਨ ਹੋ ਗਈ ਰਿਪੋਰਟ। ਇਹ ਬਹੁਤ ਅਨਫੇਅਰ ਸੀਗਾ। ਰਿਪੋਰਟ ਦੇਣ ਤੋਂ ਬਾਅਦ ਘੱਟੋ ਘੱਟ ਇੱਕ ਹਫ਼ਤੇ ਦੀ ਬਹਿਸ ਦਾ ਸਮਾਂ ਹੋਣਾ ਚਾਹੀਦਾ ਸੀ। 117 ਮੈਂਬਰਸ ਨੇ, ਸਾਰਿਆਂ ਦੇ ਜਜ਼ਬਾਤ ਨੇ ਆਪਣੇ, ਕਿਉਂਕਿ ਦੋ ਪੱਖ ਨੇ ਇਹਦੇ 'ਚ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੁਰਜ ਜਵਾਹਰ ਸਿੰਘ ਵਾਲੇ ਤੋਂ ਲੈ ਕੇ ਮਲਕੇ ਪਿੰਡ ਤੋਂ ਲੈ ਕੇ ਜਾਂ ਹੋਰਨਾਂ ਪਿੰਡਾਂ ਦੇ ਵਿੱਚ। ਦੂਜਾ ਪੱਖ ਹੈ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਹੋਇਆ, ਉਹਦੇ 'ਚ 2 ਸਿੱਖ ਨੌਜਵਾਨ ਮਾਰੇ ਗਏ ਨੇ। ਅੱਜ ਵੀ ਅਕਤੂਬਰ 2015 ਦੀ ਗੱਲ ਆ, ਅਤੇ 3 ਸਾਲ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ, ਔਰ ਪੁਲਿਸ ਬਾਦਲਾਂ ਨੇ ਪੁਲਿਸ ਵਾਲਿਆਂ ਨੂੰ, ਦੋਸ਼ੀਆਂ ਨੂੰ ਬਚਾਇਆ, FIR ਅਣਪਛਾਤੇ ਬੰਦਿਆਂ ਦੇ ਖਿਲਾਫ਼ ਨਾਮਜ਼ਦ ਕੀਤੀ,
ਉਹੀ ਪਾਲਿਸੀ ਤਕਰੀਬਨ ਵੋਟ ਬੈਂਕ ਪੋਲੀਟਿਕਸ ਦੀ ਕੈਪਟਨ ਅਮਰਿੰਦਰ ਸਿੰਘ ਪਰਸੂ ਕਰ ਰਹੇ ਨੇ। ਨਾ ਇਹਨਾਂ ਨੇ ਲੌਜੀਕਲ ਕੰਕਲੂਜਨ ਤਾਈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਚਾਇਆ, ਨਾ ਇਹਨਾਂ ਨੇ ਪੁਲਿਸ ਵਾਲਿਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ। ਹਾਲਾਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰੇ ਤੱਥ ਸਾਹਮਣੇ ਲਿਆਉਂਦੇ ਨੇ ਔਰ ਸੈਸ਼ਨ ਇੱਕ ਕੋਝਾ ਮਜ਼ਾਕ ਹੈ। ਉੱਥੇ ਹੀ ਖਹਿਰਾ ਨੇ ਭਗਵੰਤ ਮਾਨ ਤੇ ਤੰਜ ਕੱਸਦਿਆਂ ਕਿਹਾ ਕਿ ਉਹ ਪਹਿਲਾਂ ਸਾਫ਼ ਕਰਨਗੇ ਜਿਹੜਾ ਤੁਸੀਂ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਨੂੰ ਮਾਫ਼ੀ ਮੰਗਣ ਤੇ ਅਸਤੀਫ਼ਾ ਦਿੱਤਾ ਸੀ, ਕੀ ਤੁਸੀਂ ਉਸ ਅਸਤੀਫੇ ਤੇ ਕਾਇਮ ਹੋ? ਤੇ ਨਾਲ ਹੀ ਉਹਨਾਂ ਕਿਹਾ ਕਿ ਭਗਵੰਤ ਮਾਨ ਵੱਡੇ ਮੁੱਦੇ ਬਣ ਕੇ ਅਰਵਿੰਦ ਕੇਜਰੀਵਾਲ ਦੇ ਕੰਮ ਚਾਰੇ ਪਾਸੇ ਘੁੰਮ ਘੁੰਮ ਕੇ ਗਿਣਾ ਰਹੇ ਨੇ। ਕੀ ਤੁਹਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਈਏ? ਨਹੀਂ, ਬਿਲਕੁਲ ਨਹੀਂ ਜੀ, ਅਸੀਂ ਆਮ ਆਦਮੀ ਪਾਰਟੀ, ਸਾਡੇ ਸਭ ਦੀ ਪਾਰਟੀ ਆ, ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਸਾਰੇ ਪੰਜਾਬ ਦੇ ਲੋਕਾਂ ਨੇ ਨੌਕਰੀਆਂ ਛੱਡ ਕੇ, ਕੰਮਕਾਰ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ। 4 MP ਦਿੱਤੇ ਜਦੋਂ ਸਾਰੇ ਭਾਰਤ ਵਿੱਚ ਕੋਈ MP ਨਹੀਂ ਮਿਲਿਆ, ਦੇਸ਼ਾਂ ਵਿਦੇਸ਼ਾਂ 'ਚੋਂ ਜਹਾਜ਼ ਭਰ ਕੇ ਲੋਕ ਆਏ ਔਰ ਐਡੀ ਵੱਡੀ ਆਰਥਿਕ ਮਦਦ ਕੀਤੀ ਇਸ ਪਾਰਟੀ ਦੀ। ਤੁਹਾਡਾ ਕੀ ਖਿਆਲ ਹੈ, ਲੱਗਦਾ ਕਿ ਪੰਜਾਬੀਆਂ ਦਾ ਕੋਈ ਅਧਿਕਾਰ ਨਹੀਂ ਇਸ ਪਾਰਟੀ ਦੇ? ਇਹ ਸਾਡੀ ਪਾਰਟੀ ਆ, ਇਸ ਪਾਰਟੀ ਨੂੰ ਮਜ਼ਬੂਤ ਕਰਾਂਗੇ। 17 ਮਹੀਨੇ ਜਿਨ੍ਹਾਂ ਦੇ ਕੋਲ ਇਹ ਪਾਰਟੀ ਚੱਲਦੀ ਰਹੀ ਹੈ 2017 ਦੀ ਅਸੈਂਬਲੀ ਤੋਂ ਬਾਅਦ, ਉਹਨਾਂ ਨੇ ਕਿਤੇ ਜਾ ਕੇ ਕੋਈ ਲੋਕ ਹਿੱਤ ਦੇ ਮੁੱਦੇ ਨਹੀਂ ਉਠਾਏ, ਕਿਤੇ ਜਾ ਕੇ 200-300 ਬੰਦਾ ਨਹੀਂ ਇਕੱਠਾ ਕੀਤਾ। ਨੌਬਤ ਆ ਗਈ ਕਿ ਪਾਰਟੀ 1900 ਵੋਟ 'ਤੇ ਸਿਮਟ ਕੇ ਰਹੇਗੀ ਸ਼ਾਹਕੋਟ ਦੀ ਜਿਮਨੀ ਚੋਣ ਵਿੱਚ। ਅਸੀਂ ਹੁਣ ਝੰਡਾ ਚੁੱਕਿਆ ਵਾ ਤਾਂ 50,000 ਆਦਮੀ ਬਠਿੰਡੇ ਪਹੁੰਚਦਾ, ਹਜ਼ਾਰਾਂ ਦੀ ਤਾਦਾਦ ਵਿੱਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਵਿੱਚ ਲੋਕ ਆ ਰਹੇ। ਇਹਦਾ ਮਤਲਬ ਇਹ ਹੈ ਕਿ ਪਾਰਟੀ ਸਹੀ ਮਾਇਨਿਆਂ ਵਿੱਚ ਹੁਣ ਸਟਰੈਂਥਨ ਹੋ ਰਹੀ ਆ, ਤਾਕਤਵਰ ਹੋ ਰਹੀ ਆ ਔਰ ਤੀਸਰੇ ਬਦਲ ਵਜੋਂ ਆਮ ਆਦਮੀ ਪਾਰਟੀ ਹੁਣ ਉੱਭਰ ਰਹੀ ਹੈ। ਇਸ ਲਈ ਪਾਰਟੀ ਨੂੰ ਛੱਡ ਕੇ ਕਿਤੇ ਜਾਣ ਦਾ ਸਵਾਲ ਨਹੀਂ ਗਾ। ਹਾਂ, ਅਗਰ ਉਹ ਸਾਡੇ ਖਿਲਾਫ਼ ਕੋਈ ਐਕਸ਼ਨ ਕਰਦੇ ਨੇ ਉਹ ਉਹਨਾਂ ਦੀ ਮਰਜ਼ੀ। ਗੁਰਦਾਸਪੁਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।